ਸਾਨੂੰ ਬਹੁਤ ਵਾਰ ਮਿਲ ਚੁੱਕਾ ਆ ਤੇ ਬਾਕੀ ਦੇਖਦੇ ਆ ਕੀ ਹੁੰਦਾ ਅੱਗੇ। ਗਾਇਸ ਮੈਂ ਤੀਜੇ ਸਾਲ ਜਾਣਾ ਸੀਗਾ ਕਲਾਉਤ ਸਾਹਿਬ ਦੇ ਵਿੱਚ। ਨਹੀਂ ਬਾਪੇ ਮੇਰੇ ਕੋਲ ਕੋਈ ਪੈਨ ਨਹੀਂ ਹੈ, ਮੈਂ ਤਾਂ ਆਪ ਲੋਕਾਂ ਕੋਲ ਪੈਨ ਮੰਗ ਕੇ ਪੇਪਰ ਕਰਨਾ ਚਾਹੁੰਦੀ ਹਾਂ। ਤੇ ਬਾਕੀ ਮੈਨੂੰ ਤਾਂ ਲੱਗਦਾ ਕਿ ਅੱਗੇ ਤੋਂ ਅੱਗੇ ਜਿਹੜਾ ਕਲਾ ਉਤਸਵ ਦਾ ਬੇੜਾ ਆ ਉਹ ਗਰਕ ਹੋਣ ਵਾਲਾ ਆ। ਸਿਸਟਮ ਤਾਂ ਸਾਰਾ ਹੀ ਖਰਾਬ ਆ, ਨੀਚੇ ਲੈ ਕੇ ਉੱਪਰ ਤੱਕ ਸਿਸਟਮ ਤਾਂ ਸਾਰਾ ਹੀ ਖਰਾਬ ਆ। ਮਤਲਬ ਕਿ ਉਹ ਇਹ ਹੈਗੀ ਆ ਕਿ ਜਿਹੜਾ ਸਾਡਾ ਗਰੁੱਪ ਸੀਗਾ ਜਾਣਾ ਉਹ ਕੈਂਸਲ ਹੋ ਗਿਆ ਤੇ ਮਤਲਬ ਕਲਾ ਉਤਸਵ ਵਾਲੇ ਪਤਾ ਨਹੀਂ ਇਸ ਵਾਰ ਕੀ ਕਰ ਰਹੇ ਹੈਗੇ, ਕੁਛ ਸਮਝ ਨਹੀਂ ਆ ਰਿਹਾ। ਨਹੀਂ ਹਾਂ ਉਹ ਗੱਲ ਛੱਡੋ, ਮੇਰਾ ਤਾਂ ਦਿਮਾਗ ਘੁੰਮ ਗਿਆ ਜਦੋਂ ਉਹਨਾਂ ਨੇ ਦੱਸਿਆ ਕੱਲ੍ਹ। ਅਤੇ ਬਾਕੀ ਫਿਲਹਾਲ ਮੈਂ ਮੰਮੀ ਤੋਂ ਲਗਵਾਉਣ ਲੱਗੀ ਆਪਣੇ ਸਿਰ 'ਚ ਓਇਲ, ਜਿਹੜੀ ਸਾਨੂੰ ਐਗਜ਼ਾਮਸ਼ਨ ਮਿਲੀ ਸੀ ਨਾ ਉਹ ਵੀ ਕੈਂਸਲ ਹੋ ਗਈ ਆ, ਸਾਨੂੰ ਐਗਜ਼ਾਮਸ ਦੇਣੇ ਪੈਣੇ ਆ। ਲੇਕਿਨ ਤਿਆਰੀ ਸੀਗੀ, ਤਿਆਰੀ ਮਤਲਬ ਸੀਗੀ ਨਹੀਂ ਮਤਲਬ ਹੈਗੀ ਆ, ਕਿਉਂਕਿ ਮੈਂ ਪੇਪਰਾਂ ਤੋਂ ਪਹਿਲਾਂ ਹੀ ਆਪਣੀ ਤਿਆਰੀ ਜਿਹੜੀ ਹੈਗੀ ਆ ਥੋੜ੍ਹੀ ਥੋੜ੍ਹੀ ਕਰਨੀ ਸਟਾਰਟ ਕਰ ਦਿੱਤੀ ਸੀਗੀ ਅਤੇ ਇਸ ਕਰਕੇ ਮੇਰੇ ਜਿਹੜੇ ਐਗਜ਼ਾਮ ਸੀਗੇ ਪਹਿਲਾਂ ਗਏ ਆ ਉਹ ਕਾਫੀ ਵਧੀਆ ਗਏ ਆ। ਸਿਰਫ ਦੋ ਐਗਜ਼ਾਮਸ ਆਪਾਂ ਨਹੀਂ ਦਿੱਤੇ ਸੀਗੇ, ਉਹ ਅਸੀਂ ਬਾਅਦ 'ਚੋਂ ਦੇ ਦੇਵਾਂਗੇ। ਬਸ ਫਿਲਹਾਲ ਮੈਂ ਆਪਣੇ ਸਿਰ 'ਚ ਕਰਵਾਊਂਗੀ ਓਇਲਿੰਗ ਅਤੇ ਬਾਕੀ ਦਾ ਵਲੌਗ ਅਸੀਂ ਅੱਜ ਦੇਖਦੇ ਹਾਂ ਕੀ ਬਣਦਾ ਕੀ ਨਹੀਂ ਬਣਦਾ। ਬਾਕੀ ਅੱਜ ਬੱਦਲ ਹੋਇਆ ਪਿਆ ਬਹੁਤ ਜ਼ਿਆਦਾ ਬਾਹਰ ਅਤੇ ਮੋਸਟ ਪ੍ਰੋਬੇਬਲੀ ਲੱਗ ਰਿਹਾ ਆ ਕਿ ਮੀਂਹ ਆਊਗਾ। ਹੀ ਹੀ ਅਭੀ ਮੈਂ ਤੇਲ ਲਗਵਾਉਂਗੀ, ਅਜੇ ਵੱਜ ਰਹੇ 10। ਅੱਜ ਮੈਂ ਉੱਠੀ ਸੀਗੀ 9 ਵਜੇ ਅਤੇ ਉੱਠ ਕੇ ਮੈਂ ਮੂੰਹ ਧੋ ਕੇ ਫਿਰ ਜੌਨਸਨ ਬੇਬੀ ਦਾ ਓਇਲ ਲਾਇਆ ਮੂੰਹ 'ਤੇ ਅਤੇ ਫਿਰ ਹੁਣ ਬਸ ਤੇਲ ਲਵਾਉਂਗੀ ਸਿਰ 'ਤੇ। ਜੌਨਸਨ ਬੇਬੀ ਦੇ ਪ੍ਰੋਡਕਟ ਆ ਨਾ ਜਿਹੜੇ ਬਾਹਰ ਕੰਟਰੀਜ਼ ਦੇ ਵਿੱਚ ਨਾ ਉਹ ਸਾਰੇ ਬੈਨ ਹੋਏ ਹੋਏ ਆ, ਪਤਾ ਨਹੀਂ ਇੱਧਰ ਵੀ ਉਹ ਲਾਉਣਾ ਵਧੀਆ। ਵੈਸੇ ਨਾਰੀਅਲ ਦਾ ਤੇਲ ਵਧੀਆ ਨਹੀਂ ਹੈਗਾ, ਤੂੰ ਕਾਹਤੇ ਲਾਉਣਾ ਆ ਉਹ ਵਧੀਆ ਉਹ ਲਾ, ਤੇਲ ਮੈਂ ਜ਼ਿਆਦਾ ਲਾ ਦੇਣਾ ਭਰ ਭਰ ਕੇ ਲਾ ਦੋ। ਸਿਕਰੀ ਬਹੁਤ ਆ ਯਾਰ, ਪੁੱਟ ਦਿਓ ਸਾਰੀ, ਇੰਨੀ ਜ਼ਿਆਦਾ ਸਿਕਰੀ ਡਰਾਈਨੈਸ ਹੋਈ ਵੀ ਮੇਰੇ ਬਹੁਤ ਜ਼ਿਆਦਾ ਖਾਰਿਸ਼ ਹੋ ਰਹੀ ਹੈ। ਇੱਥੇ ਆ ਇੱਥੇ ਆ ਜਿੱਥੇ ਪੂਨੀ ਕਰੀ ਦੀ ਆ, ਕਿਤੇ ਨਹੀਂ ਹੈ ਸਾਕਸ਼ੀ ਹੈ ਹੀ ਨਹੀਂ ਉਹ। ਉੱਠੀ ਮੇਰੀ ਤੁਲਸੀ ਮਾਲਾ ਇੱਧਰ ਥੱਲੇ ਡਿੱਗੀ ਹੋਈ ਸੀਗੀ, ਕਿੱਦਾਂ ਖੋਲ ਗਈ ਆਪੀ ਹੁਣ, ਭੂਤ ਨੇ ਖੋਲੀ। ਸੁੱਤੀ ਪਈ ਰਾਤ ਨੂੰ ਤੂੰ ਡਿਸਕੋ ਤਾਂ ਕਰਦੀ ਗਾਇਸ ਲੋਕੀ ਗਈ ਆ। ਮੇਰਾ ਨਾ ਯਾਦ ਮਤਲਬ ਕਿ ਪੋਸਟਰ ਪਤਾ ਕੀ ਹੁੰਦਾ ਸੌਣ ਲੱਗੇ, ਇੱਕ ਬਾਹ ਮੇਰੀ ਹੁੰਦੀ ਆ ਸਿਰਾਣੇ ਦੇ ਥੱਲੇ, ਲੈਫਟ ਵਾਲੀ ਬਾਂਹ ਸਿਰਾਣੇ ਦੇ ਥੱਲੇ ਹੁੰਦੀ, ਰਾਈਟ ਵਾਲੀ ਮੈਂ ਗਿੱਡੀ ਉੱਤੇ ਚੱਕੀ ਹੁੰਦੀ ਆ, ਲੈਫਟ ਵਾਲੀ ਲੱਤ ਜਿਹੜੀ ਆ ਉਹ ਬਿਲਕੁਲ ਪਿੱਛੇ ਸਟਰੇਟ ਪਈ ਹੁੰਦੀ ਆ। ਆਹ ਪੋਜੀਸ਼ਨ ਹੁੰਦੀ ਆ ਮਤਲਬ ਇੰਨੀ ਕੰਫਰਟੇਬਲ ਪੋਜੀਸ਼ਨ ਹੁੰਦੀ ਆ ਨਾ ਇਹ ਪੋਸਟਰ ਜਿਹੜਾ ਆ, ਆਰਾਮ ਨਾਲ ਬੰਦਾ ਸੋ ਸਕਦਾ ਆ। ਅਤੇ ਉਸ ਤੋਂ ਬਾਅਦ ਜਦੋਂ ਜਾਂ ਫਿਰ ਮੈਂ ਮੰਮੀ ਨੂੰ ਜੱਫੀ ਪਾ ਕੇ ਸੁਣਦੀ ਹਾਂ, ਮੈਂ ਮੰਮਾ ਨੂੰ ਸੁਣਦੀ ਹਾਂ ਨਾ ਨੀਂਦ ਨਹੀਂ ਆ ਜਾਂਦੀ ਹੁਣ, ਪਹਿਲਾਂ ਮੈਨੂੰ ਨੀਂਦ ਨਹੀਂ ਸੀ ਆਉਂਦੀ, ਹੁਣ ਮੈਨੂੰ ਆਲੂ ਛਿਲ ਦਿੰਦੀ ਪੜ੍ਹਨਾ ਆ। ਮੈਂ ਕੱਲ੍ਹ ਉੱਥੇ ਆ ਨਹੀਂ ਲਿਖਣਾ ਪੇਪਰ, ਮੈਂ ਆਲੂ ਛਿਲਦੀ ਪਈ ਸੀਗੀ, ਮੇਰੀ ਮੰਮੀ ਨੇ ਆਲੂ ਛਿਲਵਾਏ ਇਸ ਕਰਕੇ ਮੈਂ ਕੋਲ ਪੜ੍ਹ ਨਹੀਂ ਹੋਇਆ। ਫਿਰ ਡੋਸਾ ਵੀ ਤੂੰ ਹੀ ਖਾ, ਮੇਰਾ ਦਿਲ ਵੀ ਨਹੀਂ ਕਰ ਰਿਹਾ ਹੁਣ, ਚੇਂਜ ਹੋ ਗਿਆ ਮੈਨੂੰ, ਮੇਰੇ ਮੂੰਹ ਨੂੰ ਫਰਕ ਪਿਆ ਆ ਉਦਾਂ ਅੱਗੇ ਨਾਲੋਂ।
ਨਹੀਂ ਬਾਪੇ ਮੇਰੇ ਕੋਈ ਪੈਨ ਨਹੀਂ ਹੈ, ਮੈਂ ਤਾਂ ਆਪ ਲੋਕਾਂ ਕੋਲ ਪੈਨ ਮੰਗ ਕੇ ਪੇਪਰ ਕਰਨਾ ਚਾਹੁੰਦੀ ਹਾਂ। ਨਾਰੀਅਲ ਜਿੱਦਾਂ ਬਾਲਟੀ ਹੁੰਦੀ ਹੈ ਛੋਟੀ, ਇੰਨਾ ਵੱਡਾ ਨਾਰੀਅਲ ਕੱਲ ਇਹਦੇ ਪਾਪਾ ਲੈ ਕੇ ਆ ਗਏ, ਕਹਿੰਦੇ ਇਹਦੇ ਵਿੱਚੋਂ ਨਾ ਪਾਣੀ ਬਹੁਤ ਨਿਕਲੂਗਾ, ਤੁਸੀਂ ਦੋਨੇ ਜਣੀਆਂ ਪੀ ਲਿਓ, ਥੋੜਾ ਜਿਹਾ ਕਹਿੰਦੇ ਬੱਚਿਆਂ ਮੈਨੂੰ ਵੀ ਦੇ। ਇਹਦੇ ਵਿੱਚੋਂ ਨਾ ਇੱਕ ਕੱਪ ਮਸਾਂ ਹੀ, ਹਜੇ ਜਿਹੜੇ ਛੋਟੇ ਹੁੰਦੇ ਉਹਨਾਂ 'ਚ ਕਿੰਨਾ ਨਿਕਲਦਾ ਆ, ਅਤੇ ਇਹਦੇ ਵਿੱਚੋਂ ਮਸਾਂ ਹੀ ਇੱਕ ਕੱਪ ਜਿਹੜਾ ਨਿਕਲਿਆ। ਪਰ ਇਹਦੇ ਵਿੱਚ ਮੈਨੂੰ ਇੱਦਾਂ ਲੱਗਦਾ ਕਿ ਜਿੱਦਾਂ ਗਿਰੀ ਨਾ ਇਹਦੀ ਪੱਕੀ ਹੋਈ ਹੁੰਦੀ ਆ, ਦੇਖ ਹੈ ਨਾ ਜਿੱਦਾਂ ਕੱਚੀ ਗਿਰੀ ਨਹੀਂ ਹੁੰਦੀ ਖਾਣ ਵਾਲੀ, ਉਹ ਤਿਆਰ ਆ, ਪਰ ਮੈਨੂੰ ਸੁੱਟ ਦੇਣਾ ਹੁਣ। ਅਤੇ ਇੱਧਰ ਦੇਖੋ ਬ੍ਰੈਡ ਤੋਂ ਬਿਨਾਂ ਜਿਹੜੀ ਹੈ ਖਾਂ ਹੋ ਰਹੀ ਹੈ ਜੈਮ, ਅਤੇ ਇੱਧਰ ਹੋ ਰਹੀ ਪੇਪਰ ਦੀ ਤਿਆਰੀ। ਤਾਂ ਕਿਉਂਕਿ ਮਿੱਠਾ ਖਾਣ ਦੇ ਨਾਲ ਐਨਰਜੀ ਆ ਜਾਂਦੀ ਹੈ ਨਾ, ਇਸ ਕਰਕੇ ਅੱਜ ਉੱਦਾਂ ਹੀ ਨਹੀਂ ਆਉਣੀ ਪੇਪਰਾਂ 'ਚ ਐਨਰਜੀ, ਤੁਹਾਡੀ ਉੱਦਾਂ ਹੀ ਡਾਊਨ ਹੋਈ ਹੁੰਦੀ ਆ। ਅੱਜ ਤੂੰ ਦਵਾਈ ਨਹੀਂ ਨਾ ਖਾਧੀ, ਦਵਾਈ ਨਹੀਂ ਨਾ ਲਈ, ਕਿਹੜੀ ਹੋਮਿਓਪੈਥਿਕ ਨਹੀਂ ਖਾਣੀ ਉਹ ਅੱਜ, ਕਿਉਂ? ਮੌਸਮ ਅੱਜ ਹੋ ਗਿਆ ਬਹੁਤ ਸੋਹਣਾ, ਠੰਡਾ ਠੰਡਾ ਮੌਸਮ ਹੋਇਆ ਆ, ਮੀਂਹ ਪੈ ਗਿਆ ਥੋੜਾ ਥੋੜਾ। ਮੈਂ ਕੱਲ ਪੈਂਟ ਪਾ ਕੇ ਜਾਊਂਗੀ, ਪੈਂਟ ਨਾਲ ਕੁੜਤਾ ਬਲੈਕ ਵਾਲਾ। ਧੋਂਦੀ ਆ ਹਜੇ, ਮੈਂ ਧੋਣੀ ਆ, ਧੋਤੀ ਕਿਉਂ ਨਹੀਂ ਯਾਰ, ਪਾਣੀ ਨਹੀਂ ਸੀਗਾ, ਸੁੱਕ ਜਾਣੀ ਆ ਤੇ ਬੰਦੇ ਸੁੱਕੀ ਜਾਂਦੇ। ਇਹਨਾਂ ਦੇ ਕਾਲਜ ਹੋਣ ਜਾ ਰਿਹਾ ਸੀ ਕਲਾ ਉਤਸਵ ਦਾ ਫੰਕਸ਼ਨ, ਤੇ ਹੁਣ ਜਿਹੜਾ ਫੰਕਸ਼ਨ ਸੋਰੀ ਹੁਣ ਜਿਹੜਾ ਉਹ ਕੈਂਸਲ ਹੋ ਚੁੱਕਾ ਹੈ, ਤੇ ਮਨ ਇਹਨਾਂ ਦਾ ਪਰੇਸ਼ਾਨ ਹੋਇਆ ਬੱਚਿਆਂ ਦਾ, ਕਿਉਂਕਿ ਜਿਹੜੇ ਬੱਚੇ ਆ ਪੰਜ ਜਿਹੜੇ ਉਹ ਕਰ ਰਹੇ ਸੀਗੇ ਪ੍ਰੈਕਟਿਸ ਆਪਣੀ ਕਰ ਰਹੇ ਸੀਗੇ, ਤੇ ਪਿੱਛੋਂ ਰੂਲਸ ਕੁਛ ਇੱਦਾਂ ਦੇ ਬਣ ਕੇ ਆ ਗਏ ਆ ਕਿ ਜਿਹੜਾ ਹੁਣ ਗਰੁੱਪ ਨਹੀਂ ਜਾ ਸਕਦਾ ਤਾਂ ਸੋਲੋ ਆਈਟਮ ਜਾਊਗੀ। ਤੇ ਪਰ ਇਹ ਹੈ ਕਿ ਪਤਾ ਨਹੀਂ ਕੀ ਹੋਇਆ ਤੇ ਕੀ ਨਹੀਂ ਹੋਇਆ, ਪਰ ਸਾਡਾ ਤਾਂ ਖਰਚਾ ਹੋ ਗਿਆ ਨਾ, ਮੈਂ ਤਾਂ ਇੰਨਾ ਖਰਚਾ ਕਰਕੇ ਆਈ ਸੀਗੀ ਇਹਦੇ ਡਰੈਸ ਵਾਸਤੇ, ਜੋ ਮਟੀਰੀਅਲ ਲੈਣਾ ਸੀਗਾ ਸਾਰਾ ਅਸੀਂ ਸੂਟ ਦਾ ਜਿੰਨਾ ਵੀ ਸੀ, ਕਿਉਂਕਿ ਜਿਹੜਾ ਉਹ ਘੱਗਰਾ ਹੁੰਦਾ ਕਹਿੰਦੇ ਜਾਗੋ ਵਾਲਾ ਜਿਹੜਾ ਚੱਕ ਘੱਗਰਾ ਹੁੰਦਾ ਆ ਉਹਨੂੰ ਤਾਂ ਕੱਪੜਾ ਵੀ ਬਹੁਤ ਜ਼ਿਆਦਾ ਲੱਗਦਾ। 15 ਮੀਟਰ ਮੈਂ ਕੱਪੜਾ ਉਹ ਲੈ ਕੇ ਆਈ, 23 ਮੀਟਰ ਦਾ ਮੈਂ ਫਿਰ ਵੀ ਘੱਟ ਲੈ ਕੇ ਆਈ 15 ਮੀਟਰ ਦਾ, ਕਿਉਂਕਿ ਆਪਣੇ ਵਾਲੇ ਕੱਪੜਾ ਹੈ ਨਾ ਜਿਹੜਾ ਇਹਦਾ ਫੈਲਾਅ ਉੱਦਾਂ ਹੀ ਬਹੁਤ ਜ਼ਿਆਦਾ ਹੋ ਜਾਣਾ, ਉਹ ਕੱਪੜਾ ਮੈਨੂੰ ਕੁਛ ਹੋਰ ਲੱਗਦਾ ਸੀਗਾ ਨਾ, ਅਤੇ ਉਹਨੂੰ ਤਾਂ ਜ਼ਿਆਦਾ ਲੱਗਾ ਹੋਊਗਾ, ਤਾਂ ਇਸ ਕੱਪੜੇ ਦਾ ਉੱਦਾਂ ਹੀ ਘੇਰਾ ਬਹੁਤ ਜ਼ਿਆਦਾ ਹੋ ਜਾਣਾ ਹੈ। ਅਤੇ ਇੰਨਾ ਮੈਂ ਖਰਚਾ ਕਰਕੇ ਫਿਰ ਲੈਸ ਵਗੈਰਾ ਜਿਹੜੀ ਉਹ ਸਾਰਾ, ਚਲੋ ਕੋਈ ਗੱਲ ਨਹੀਂ ਸੂਟ ਤਾਂ ਇਹਦਾ ਬਣ ਗਿਆ, ਪਰ ਕਾਲਜ ਨੂੰ ਲੈਟਰ ਜਿਹੜੀ 16 ਤਰੀਕ ਦੀ ਆਈ ਹੋਈ ਸੀਗੀ, ਤਾਂ ਹੋ ਸਕਦਾ ਉਹਨਾਂ ਨੂੰ ਵੀ ਜਿਹੜੀ ਔਫੀਸ਼ਲੀ ਲੇਟ ਪਹੁੰਚੀ ਹੋਵੇ ਜਿਹੜਾ ਉਹਨਾਂ ਨੇ, ਨਹੀਂ ਤਾਂ ਕੈਂਸਲ ਪਹਿਲਾਂ ਵੀ ਦੱਸ ਸਕਦੇ ਸੀਗੇ। ਪਰ ਇਹ ਆ ਕਿ ਬੱਚਿਆਂ ਦਾ 2 ਦਿਨ ਦਾ ਜਿਹੜਾ ਟਾਈਮ ਆ ਉਹ 3 ਦਿਨ ਦਾ ਜ਼ਰੂਰ ਵੇਸਟ ਹੋਇਆ ਉਹ ਵੀ ਪੇਪਰਾਂ ਦੇ ਵਿੱਚ, ਅਤੇ ਹੁਣ ਪੇਪਰ ਜਿਹੜੇ ਇਹਨਾਂ ਦੇ 2 ਨਹੀਂ ਹੋਏ ਸੀਗੇ ਤਾਂ ਉਹ ਥੋੜ੍ਹੇ ਦਿਨ ਬਾਅਦ ਹੋਣਗੇ, ਉਹਦੀ ਤਿਆਰੀ ਹੁਣ ਜਿਹੜੀ ਉਹ ਕਰ ਰਹੀ ਹੈ, ਅਤੇ ਬੱਚੇ ਵਿਚਾਰੇ ਪਰੇਸ਼ਾਨ ਵੀ ਹੋਏ ਆ। ਪਰ ਇਸ ਵਾਰ ਕਲਾ ਉਤਸਵ ਵਾਲਿਆਂ ਨੇ ਜਿਹੜਾ ਗੰਦ ਪਾਇਆ ਨਾ, ਰੱਜ ਕੇ ਗੰਦ ਪਾਇਆ ਇਹਨਾਂ ਨੇ, ਰੱਜ ਕੇ। ਔਰ ਅੱਗੇ ਰਿਜ਼ਲਟ ਇਹਨਾਂ ਦਾ ਜਿਹੜਾ ਹੁੰਦਾ ਸੀਗਾ ਨਾ, ਲੜਕੀਆਂ ਦਾ ਅਲੱਗ ਅਤੇ ਲੜਕਿਆਂ ਦਾ ਅਲੱਗ ਹੁੰਦਾ ਸੀਗਾ, ਅਤੇ ਉਹਦੇ ਹਿਸਾਬ ਦੇ ਨਾਲ ਮਤਲਬ 20 ਆਈਟਮਸ ਬਣਦੀਆਂ ਸੀ ਪੂਰੇ ਪੰਜਾਬ ਦੇ ਵਿੱਚੋਂ ਅਲੱਗ ਅਲੱਗ, ਕੋਈ ਆਪਣੀ ਆਪਣੀ ਕਲਾ ਦੇ ਵਿੱਚ ਜਿਹੜੇ ਬੱਚੇ ਨਿਪੁੰਨ ਆ, ਅਤੇ ਉਹਨਾਂ ਦੀਆਂ ਮਤਲਬ 20 ਕੈਟਾਗਰੀਜ਼ ਹੁੰਦੀਆਂ ਸੀਗੀਆਂ ਅਲੱਗ ਅਲੱਗ, 20 ਬੱਚੇ ਦਿੱਲੀ ਤੱਕ ਨੈਸ਼ਨਲ ਤੱਕ ਜਾਂਦੇ ਸੀਗੇ। ਅਤੇ ਹੁਣ ਕੀ ਹੋਇਆ ਹੈ ਕਿ ਹੁਣ ਇਹਨਾਂ ਨੇ, ਹੁਣ ਮੈਨੂੰ ਲੱਗਦਾ ਸਿਰਫ 10 ਬੱਚੇ ਜਾਣਗੇ ਕਿਉਂਕਿ ਰਿਜ਼ਲਟ ਹੀ ਇਕੱਠਾ ਹੋ ਗਿਆ। ਅੱਗੇ ਲੜਕੀਆਂ ਦਾ ਤਾਂ ਲੜਕੀਆਂ ਦਾ ਰਿਜ਼ਲਟ ਵੀ ਅਲੱਗ ਅਲੱਗ ਹੁੰਦਾ ਸੀਗਾ, ਅਤੇ 10 ਲੜਕੀਆਂ ਜਾਂਦੀਆਂ ਸੀ 10 ਲੜਕੇ ਜਾਂਦੇ ਸੀਗੇ, ਅਤੇ ਹੁਣ ਜਿਹੜਾ ਰਿਜ਼ਲਟ ਵੀ ਇਕੱਠਾ ਕਰਕੇ ਤਾਂ ਟੋਟਲ ਜਿਹੜੇ ਪੂਰੇ ਪੂਰੇ ਪੰਜਾਬ ਦੇ ਵਿੱਚੋਂ ਨੈਸ਼ਨਲ ਤੱਕ ਜਿਹੜੇ ਉਹ 10 ਬੱਚੇ ਜਾਣਗੇ। ਅਤੇ ਵੈਸੇ ਤਾਂ ਇਹ ਬਹੁਤ ਗਲਤ ਗੱਲ ਹੈਗੀ ਹੈ, ਇਹਦੇ ਬਾਰੇ ਅਸੀਂ ਗੱਲ ਕਰਾਂਗੇ ਵੀ, ਇਹਦੇ ਬਾਰੇ ਅਸੀਂ ਲੈਟਰ ਵੀ ਕੱਢਾਂਗੇ ਕਿ ਇਹ ਬਹੁਤ ਗਲਤ ਗੱਲ ਹੋ ਰਹੀ ਹੈ, ਕਿਉਂਕਿ 10 ਬੱਚੇ ਜਿਹੜੇ ਜਾ ਰਹੇ ਆ, ਚਲੋ ਠੀਕ ਆ
ਬੱਚਿਆਂ ਨੇ ਤਾਂ ਜੋ ਪਿਛਲੇ ਰੂਲਸ ਹੈਗੇ ਪਿੱਛੋਂ ਬਣ ਕੇ ਆ ਗਏ ਉਹੀ ਫੋਲੋ ਕਰਨੇ ਹੈ ਨਾ, ਪਰ ਮੈਨੂੰ ਲੱਗਦਾ ਕਿ ਗੌਰਮੈਂਟ ਨੂੰ ਹੁਣ ਸਾਡੇ ਬੱਚਿਆਂ ਨੂੰ ਵੀ ਰੋਟੀਆਂ ਖਿਲਾਉਣੀਆਂ ਜਿਹੜੀਆਂ ਔਖੀਆਂ ਹੋਈਆਂ ਆ ਕਿ 20 ਬੱਚੇ ਆ ਰਹੇ, ਕਿਉਂਕਿ ਸਾਰੇ ਪੂਰੇ ਇੰਡੀਆ ਦੇ ਵਿੱਚੋਂ 20-20 ਬੱਚੇ ਉੱਥੇ ਆਉਣੇ ਆ, ਉਹਨਾਂ ਦੇ ਰਹਿਣ ਦਾ ਪ੍ਰਬੰਧ ਸ਼ਾਇਦ ਉਹੀ ਉਹਨਾਂ ਨੂੰ ਭਾਰਾ ਲੱਗਦਾ ਹੋਵੇ, ਉਹਨਾਂ ਦੀ ਰੋਟੀ ਦਾ ਪ੍ਰਬੰਧ, ਉਹਨਾਂ ਦੇ ਨਾਸ਼ਤੇ ਦਾ, ਉਹਨਾਂ ਦੇ ਲੰਚ ਦਾ, ਉਹਨਾਂ ਦੇ ਡਿਨਰ ਦਾ ਪ੍ਰਬੰਧ, ਸ਼ਾਇਦ ਉਹੀ ਚੀਜ਼ ਉਹਨਾਂ ਨੂੰ ਭਾਰੀ ਲੱਗਦੀ ਹੋਵੇ, ਜਿਹੜੇ ਕਿ ਉਹਨਾਂ ਨੇ ਬੱਚਿਆਂ ਦੇ ਵਿੱਚ ਕੈਂਚੀ ਮਾਰਤੀ ਕਿ ਜੀ ਬੱਚੇ 10 ਹੀ ਆਉਣਗੇ। ਅਤੇ ਬਾਕੀ ਮੈਨੂੰ ਤਾਂ ਲੱਗਦਾ ਕਿ ਅੱਗੇ ਤੋਂ ਅੱਗੇ ਜਿਹੜਾ ਕਲਾ ਉਤਸਵ ਦਾ ਬੇੜਾ ਆ ਉਹ ਗਰਕ ਹੋਣ ਵਾਲਾ ਆ, ਅਤੇ ਇਸ ਵਾਰ ਵੀ ਜਿਹੜਾ ਰਿਜ਼ਲਟ ਆਉਣ ਵਾਲਾ ਬਹੁਤ ਗੰਦਾ ਰਿਜ਼ਲਟ ਆਉਣ ਵਾਲਾ ਹੈ, ਕਿਉਂਕਿ ਸਾਨੂੰ ਪਤਾ ਹੈ ਵੀ ਅੱਗੇ ਉੱਥੇ ਜਾ ਕੇ ਅੱਗੇ ਕੀ ਹੁੰਦਾ ਆ। ਅਤੇ ਬਾਕੀ ਦੇਖੋ ਕੀ ਹੁੰਦਾ ਆ, ਅਤੇ ਫਿਲਹਾਲ ਬੱਚੇ ਕਰ ਰਹੇ ਆ, ਜਿਹੜੇ ਬੱਚੇ ਨਹੀਂ ਗਏ ਸੀਗੇ ਉਹ ਬੱਚੇ ਵਿਚਾਰੇ ਹੁਣ ਫਿਰ ਦੁਬਾਰਾ ਉਹੀ ਹੈ ਕਿ ਪੇਪਰ ਦੀ ਤਿਆਰੀ ਕਰ ਰਹੇ, ਅਤੇ ਪੇਪਰ ਦੀ ਤਿਆਰੀ ਪਹਿਲਾਂ ਵੀ ਹੈਗੀ ਸੀਗੀ, ਉਹ ਜ਼ਰੂਰੀ ਨਹੀਂ ਹੁੰਦਾ ਕਿ ਹਾਂ ਵੀ ਪੇਪਰ ਦੀ ਤਿਆਰੀ ਐਟ ਏ ਟਾਈਮ ਹੀ ਕਰਨੀ ਆ, ਬੱਚੇ ਪਹਿਲਾਂ ਪੜ੍ਹੇ ਤਾਂ ਹੁੰਦੇ ਹੀ ਹੈਗੇ ਆ, ਅਤੇ ਚਲੋ ਇੱਕ ਵਾਰ ਰਿਵੀਜ਼ਨ ਲੈਣੀ ਹੁੰਦੀ ਆ ਅਤੇ ਆਪਣੀ ਤਿਆਰੀ ਕਰ ਰਹੇ ਆ, ਤਾਂ ਅਸੀਂ ਇਹਨਾਂ ਨੂੰ ਇਹੀ ਕਿਹਾ ਕਿ ਦਫ਼ਾ ਕਰੋ, ਇੱਦਾਂ ਦੇ ਪ੍ਰੋਗਰਾਮ ਆਉਂਦੇ ਜਾਂਦੇ ਰਹਿਣਗੇ। ਫਿਲਹਾਲ ਜਿਹੜਾ ਤੁਹਾਡੇ ਸਿੱਖਣ ਦੀ ਏਜ਼ ਆ ਉਹਨੂੰ ਸਿੱਖੋ, ਕਿਉਂਕਿ ਸਟੇਜਾਂ ਤਾਂ ਬਹੁਤ ਆ ਜਾਣਗੀਆਂ, ਪਰ ਜਿਹੜੇ ਪੇਪਰ ਆ ਉਹ ਵਾਰ ਵਾਰ ਨਹੀਂ ਆਉਂਦੇ ਹੈ। ਹਾਂ ਫੇਲ ਹੋ ਹੀ ਜਾਓ, ਪੇਪਰ ਦੁਬਾਰਾ ਦੇ ਹੀ ਜਾਓ, ਇੱਦਾਂ ਆਉਂਦੇ ਆ ਫਿਰ, ਹੈ ਨਾ, ਵਿਹਲੇ ਹੀ ਆ ਬੱਚੇ, ਹੋਰ ਕੀ ਆ। ਪਰ ਇਹ ਆ ਕਿ ਪਤਾ ਨਹੀਂ, ਕੁਛ ਨਹੀਂ ਸਮਝ ਲੱਗਦੀ ਹੈ ਕਿ ਕਾਲਾ ਮਾਲਾ ਹੋ ਕਿੱਥੇ ਰਿਹਾ ਆ, ਮਤਲਬ ਸਿਸਟਮ ਤਾਂ ਸਾਰਾ ਹੀ ਖਰਾਬ ਆ, ਨੀਚੇ ਲੈ ਕੇ ਉੱਪਰ ਤੱਕ ਸਿਸਟਮ ਤਾਂ ਸਾਰਾ ਹੀ ਖਰਾਬ ਆ। ਇੱਧਰ ਮੈਂ ਬਣਾਈ ਹੈ ਕੋਦਰੇ ਦੀ ਖਿਚੜੀ, ਕੋਦਰਾ ਕਿ ਜਿਹੜੇ ਮਿਲਟਸ ਹੁੰਦੇ ਆ, ਇਹਨੂੰ ਕੋਦੋ ਵੀ ਕਹਿੰਦੇ ਆ, ਇੰਨੀ ਕਿ ਇਹ ਵਧੀਆ ਹੈ ਨਾ, ਮੈਨੂੰ ਤਾਂ 4-5 ਦਿਨ ਹੋ ਗਏ ਲਗਾਤਾਰ ਇਹਨੂੰ ਖਾਂਦੀ ਨੂੰ, ਔਰ ਬਿਲਕੁਲ ਵੀ ਕਿਸੇ ਵੀ ਚੀਜ਼ ਦੀ ਕੋਈ ਕਰੇਵਿੰਗ ਨਹੀਂ ਹੁੰਦੀ ਪਈ, ਇੰਨੀ ਵਧੀਆ ਚੀਜ਼ ਹੈ ਬਿਲਕੁਲ, ਇਹਦਾ ਟੇਸਟ ਹੈ ਨਾ ਜਿਹੜਾ ਉਹ ਬਿਲਕੁਲ ਤੁਹਾਨੂੰ ਮਤਲਬ ਖਾਂਦਿਆਂ ਨੂੰ ਪਤਾ ਹੀ ਨਹੀਂ ਲੱਗਣਾ ਕਿ ਤੁਸੀਂ ਕਿਹੜੀ ਚੀਜ਼ ਖਾ ਰਹੇ, ਇੱਦਾਂ ਹੈ ਕਿ ਜਿੱਦਾਂ ਰਾਈਸ ਹੁੰਦੇ ਆ, ਅਤੇ ਦੂਸਰੀ ਸਾਈਡ ਮੈਂ ਰੱਖੇ ਹੋਏ ਰਾਜਮਾਂਹ, ਅਤੇ ਅੱਜ ਕੋਦਰੇ ਦੀ ਖਿਚੜੀ ਅਤੇ ਰਾਜਮਾਂਹ। ਸਾਡੇ ਪੰਜਾਬ ਦੇ ਵਿੱਚ ਮਤਲਬ ਤਕਰੀਬਨ ਹੀ ਜਿਹੜਾ ਉਹ ਕਣਕ ਨੂੰ ਹੀ ਰੋਟੀ ਨੂੰ ਹੀ ਟੱਕ ਦਿੱਤਾ ਜਾਂਦਾ ਜ਼ਿਆਦਾ, ਸਵੇਰੇ ਰੋਟੀ, ਦੁਪਹਿਰੇ ਰੋਟੀ, ਸ਼ਾਮ ਨੂੰ ਰੋਟੀ, ਜਦੋਂ ਵੀ ਦੇਖੋ ਰੋਟੀ, ਪਰੌਂਠੇ, ਪੂੜੀਆਂ, ਇਹ ਚੀਜ਼ ਮਤਲਬ ਕਿ ਮੈਨੂੰ ਤਾਂ ਇਹ ਚੀਜ਼ਾਂ ਜਿਹੜੀਆਂ ਨਾ ਵਰਦਾਨ ਮਿਲੀ ਆ। ਮੈਂ ਕੁਛ ਹੋਰ ਚੀਜ਼ਾਂ ਵੀ ਮੰਗਵਾਈਆਂ, ਇੱਕ ਮੈਂ ਰਾਗੀ ਮੰਗਵਾਈ ਆ, ਬਾਜਰਾ ਮੰਗਵਾਇਆ, ਕੰਗਣੀ ਮੰਗਵਾਈ ਆ, ਅਤੇ ਕੁਛ ਸਮਕ ਅਸਾਂ ਵੀ ਦੇਖਿਆ ਹੋਇਆ ਆ, ਰਾਗੀ ਵੀ ਦੇਖੀ ਹੋਈ ਹੈ, ਪਰ ਕੁਛ ਚੀਜ਼ਾਂ ਜਿਹੜੀਆਂ ਨਹੀਂ ਦੇਖੀਆਂ ਹੋਈਆਂ, ਤਾਂ ਹੁਣ ਉਹ ਬਣਾਉਣੀਆਂ ਇੰਨੀਆਂ ਸੌਖੀਆਂ ਲੱਗਦੀਆਂ, ਇੰਨੀਆਂ ਵਧੀਆ ਲੱਗਦੀਆਂ, ਮਤਲਬ ਖਾ ਕੇ ਵੀ ਇੱਦਾਂ ਲੱਗਦਾ ਰਹਿੰਦਾ ਹੈ ਕਿ ਪੇਟ ਬੜਾ ਹਲਕਾ ਆ, ਮਤਲਬ ਭਰ ਵੀ ਜਾਂਦਾ ਪੇਟ, ਪਰ ਬਹੁਤ ਹੀ ਮਤਲਬ ਕਿ ਉਹ ਜਲਦੀ ਪਚਣ ਵਾਲੀਆਂ ਇਹ ਚੀਜ਼ਾਂ ਹੈਗੀਆਂ। ਅਸੀਂ ਤਾਂ ਸਾਰਿਆਂ ਨੇ ਸ਼ੁਰੂ ਕੀਤਾ, ਪਹਿਲਾਂ ਮੈਂ ਕੀਤਾ, ਫਿਰ ਪਾਪਾ ਖਾਂਦੇ ਆ ਹੁਣ, ਅਤੇ ਹੁਣ ਅੱਜ ਮਹਿਕ ਨੂੰ ਵੀ ਇਹ ਚੀਜ਼ ਮਿਲੂਗੀ, ਠੀਕ ਆ ਨਾ, ਕਿਉਂ ਨਹੀਂ ਮਿਲਣਾ। ਆਹ ਦੇਖੋ ਬੈਠੀ, ਇਹ ਹੋ ਰਹੀ ਹੈ ਪੜ੍ਹਾਈ, ਪੜ੍ਹਾਈ ਕਿਹੜੇ ਕਲਰ ਦੀ ਹੋ ਰਹੀ ਹੈ ਮੰਮਾ, ਦਿਖਾ ਨਾ ਕਿਹੜੇ ਕਲਰ ਦੀ ਹੋ ਰਹੀ ਪੜ੍ਹਾਈ, ਹੈਂ, ਆਹ ਦੇਖੋ ਇਸ ਕਲਰ ਦੀ ਨਾ ਪੜ੍ਹਾਈ ਹੋ ਰਹੀ ਹੈ, ਵਧੀਆ ਕਲਰ ਹੈ ਨਾ, ਦੇਖ ਲਓ ਇਹ ਵਾਲਾ, ਹਾਂ ਇਸ ਕਲਰ ਦੀ, ਇਹ ਪ੍ਰੋਗਰਾਮ ਵਾਸਤੇ ਸਾਰਾ ਕੁਝ ਲਿਆਂਦਾ ਸੀਗਾ, ਤੇ ਹੁਣ ਘਰੇ ਪ੍ਰੋਗਰਾਮ ਹੋ ਰਿਹਾ ਬੜੇ ਵਧੀਆ ਤਰੀਕੇ ਦੇ ਨਾਲ, ਬੜੇ ਘਟੀਆ ਤਰੀਕੇ ਨਾਲ, ਓ ਮਾਈ ਗੋਡ, ਵਧੀਆ ਹੀ ਆ, ਜੋ ਹੁੰਦਾ ਵਧੀਆ ਹੀ ਹੁੰਦਾ, ਠੀਕ ਆ, ਜੋ ਹੋਇਆ ਉਹ ਵੀ ਵਧੀਆ ਵਾਸਤੇ ਹੀ ਹੋਇਆ, ਪਤਾ ਨਾ, ਤੇ ਬਾਕੀ ਦੇਖਦੇ ਆ ਕੀ ਹੁੰਦਾ ਅੱਗੇ। ਗਾਇਜ਼ ਮੈਂ ਤੀਜੇ ਸਾਲ ਜਾਣਾ ਸੀਗਾ ਕਲਾ ਉਤਸਵ ਦੇ ਵਿੱਚ, ਹਾਂ ਤੀਸਰੇ ਸਾਲ ਇਹ ਜਾ ਰਹੀ ਹੈ, ਨਹੀਂ ਚੌਥੇ ਸਾਲ, 9th ਤੋਂ 9th ਤੋਂ ਜਾ ਰਹੀ ਹੈ, 9th, 10th, 11th, ਹਾਂ, ਅਤੇ ਬਾਕੀ ਪ੍ਰੋਗਰਾਮ ਆਉਂਦੇ ਜਾਂਦੇ ਰਹਿਣੇ, ਕਿਹੜੀ ਗੱਲ ਆ, ਜ਼ਰੂਰੀ ਚੀਜ਼ ਇਹ ਹੁੰਦੀ ਆ ਕਿ ਤੁਸੀਂ
ਮਤਲਬ ਇਹ ਏਜ ਜਿਹੜੀ ਹੁੰਦੀ ਆ ਕੁਝ ਸਿੱਖਣ ਦੀ ਹੁੰਦੀ ਹੈਗੀ ਆ ਵੀ ਵਧੀਆ ਤਰੀਕੇ ਦੇ ਨਾਲ ਆਪਾਂ ਕੁਝ ਸਿੱਖ ਲਈਏ ਤਾਂ ਇਗਨੋਰ ਮਾਈ ਹੇਅਰ ਕਿਉਂਕਿ ਮੈਂ ਬਹੁਤ ਸਾਰੀ ਆਇਲਿੰਗ ਕੀਤੀ ਹੋਈ ਹੈ ਇਸ ਕਰਕੇ ਨਾ ਉਹ ਬਹੁਤ ਔਕਵਰਡ ਜਿਹੇ ਲੱਗ ਰਹੇ ਆ ਅਤੇ ਫਿਲਹਾਲ ਮੈਂ ਪਾਰਸ ਭਾਅ ਜੀ ਨੂੰ ਕਾਲ ਕਰਕੇ ਹਟੀ ਸੀਗੀ ਅਤੇ ਨਾ ਮੈਂ ਉਹਨਾਂ ਨੂੰ ਕਿਹਾ ਮੰਮਾ ਅੰਦਰ ਹੈਗੀ ਆ ਤਾਂ ਹੀ ਮੈਂ ਕਾਲ ਕੀਤੀ ਸੀਗੀ ਮੰਮਾ ਨਹੀਂ ਸੀਗੀ ਜੇ ਮੰਮਾ ਉਹਦੇ ਮੈਂ ਕਾਲ ਨਹੀਂ ਕਰਨੀ ਸੀਗੀ ਮੈਂ ਨਾ ਉਹਨਾਂ ਕੋਲੋਂ ਚੀਜ਼ੀ ਔਡਰ ਕਰਵਾਈ ਆ ਅਤੇ ਪੀਜ਼ਾ ਫਿਲਹਾਲ ਮੰਮਾ ਨੂੰ ਨਹੀਂ ਪਤਾ ਜਦੋਂ ਔਡਰ ਆਏਗਾ ਉਦੋਂ ਹੀ ਪਤਾ ਲੱਗੂਗਾ ਮੈਂ ਜਦੋਂ ਕੁਲੈਕਟ ਕਰੂੰਗੀ ਔਡਰ ਮੰਮਾ ਨੂੰ ਉਦੋਂ ਹੀ ਪਤਾ ਲੱਗੇਗਾ ਕਿ ਪੀਜ਼ਾ ਉਹ ਮੈਂ ਯਾਦ ਕਰਨਾ ਆ ਸੋ ਇਸ ਦੇ ਅਗਲਾ ਇਗਜ਼ਾਮ ਹੈਗਾ ਸਾਡਾ ਜਨਰਲ ਇੰਗਲਿਸ਼ ਦਾ ਉਹਦੀ ਮੈਨੂੰ ਬਿਲਕੁਲ ਵੀ ਟੈਨਸ਼ਨ ਨਹੀਂ ਹੈਗੀ ਕਿਉਂਕਿ ਮੈਨੂੰ ਥੋੜ੍ਹੀ ਤਿਆਰੀ ਹੈ ਮੇਰੀ ਕਿਉਂਕਿ ਮੈਂ ਇਗਜ਼ਾਮ ਤੋਂ ਪਹਿਲਾਂ ਹੀ ਆਪਣੀ ਤਿਆਰੀ ਜਿਹੜੀ ਆ ਉਹ ਕਰਦੀ ਪਈ ਸੀਗੀ ਉਹਨਾਂ ਦੀ ਅਤੇ ਇਸ ਕਰਕੇ ਮੇਰੀ ਥੋੜ੍ਹੀ ਬਹੁਤ ਤਿਆਰੀ ਹੈਗੀ ਆ ਇੰਗਲਿਸ਼ ਦੇ ਇਗਜ਼ਾਮ ਬਹੁਤ ਵਧੀਆ ਜਾਂਦੇ ਆ ਹਰ ਵਾਰ ਮੇਰੇ ਬਹੁਤ ਵਧੀਆ ਜਾਂਦੇ ਆ ਮਤਲਬ ਮੈਂ ਕਦੀ ਵੀ ਅੱਜ ਤੱਕ ਫੇਲ ਨਹੀਂ ਹੋਈ ਹੈਗੀ ਟੌਪ ਵੀ ਕੀਤਾ ਆ ਬਹੁਤ ਵਾਰ ਠੀਕ ਹੈ ਇਸ ਕਰਕੇ ਕੋਈ ਟੈਨਸ਼ਨ ਨਹੀਂ ਹੈਗੀ ਇੰਨੀ ਬਸ ਇਹ ਹੈਗਾ ਕਿ ਪੰਜਾਬੀ ਦਾ ਇਗਜ਼ਾਮ ਜਿਹੜਾ ਵਧੀਆ ਵਧੀਆ ਨਿਕਲਦਾ ਹੈ ਅਤੇ ਬਾਕੀ ਕੱਲ੍ਹ ਦਾ ਦਿਨ ਦੇਖੋ ਕਿੱਦਾਂ ਦਾ ਚੜ੍ਹਦਾ ਆ ਮੈਂ ਸ਼ਾਮ ਨੂੰ ਆਪਣਾ ਰਾਤ ਨੂੰ ਸੌਣ ਵੇਲੇ ਸਿਰ ਜਿਹੜਾ ਹੈਗਾ ਉਹ ਧੋ ਕੇ ਸੌਂਗੀ ਫਿਲਹਾਲ ਮੈਂ ਕਰੂੰਗੀ ਆਪਣੀ ਸਟੱਡੀ ਅਤੇ ਬਾਕੀ ਜਦੋਂ ਪੀਜ਼ਾ ਆਊਗਾ ਮੰਮੀ ਤਾਂ ਦੇਖਦੇ ਹਾਂ ਕਿ ਮੰਮਾ ਮੇਰਾ ਕੀ ਮਿਸ਼ਰ ਕਰਦੇ ਹੈਗੇ ਆ ਬਾਕੀ ਤੁਸੀਂ ਵਲੌਗ ਨਾਲ ਬਣੇ ਰਹੋ ਸੋ ਗਾਇਸ ਇਹ ਹੋ ਰਿਹਾ ਹੈ ਮੇਰਾ ਪਤਾ ਨਹੀਂ ਕਿਆ ਹੋ ਰਿਹਾ ਇਸ ਟਾਈਮ ਕੋਈ ਟਾਈਮ ਨਹੀਂ ਮੇਰਾ ਕੋਈ ਟਾਈਮ ਨਹੀਂ ਹੁੰਦਾ ਮੈਨੂੰ ਭੁੱਖ ਜਦੋਂ ਮਰਜ਼ੀ ਲੱਗ ਜਾਂਦੀ ਆ ਇਹਦਾ ਰੱਬ ਦਾ ਬਹੁਤ ਬਹੁਤ ਸ਼ੁਕਰ ਹੈ ਮੈਨੂੰ ਭੁੱਖ ਲੱਗਣੀ ਸ਼ੁਰੂ ਹੋ ਗਈ ਮੇਰੇ ਮੂੰਹ ਸਾਲੇ ਹੋਏ ਪਏ ਸੀਗੇ ਹੁਣ ਮੈਂ ਠੀਕ ਹਾਂ ਕਾਫੀ ਹੱਦ ਤੱਕ ਇਸ ਕਰਕੇ